नमस्कार दैनिक शिव टाइम में आप सबका स्वागत है मैं रश्मि शर्मा कैमरामैन शुभम भगत के साथ दर्शकों जिस तरह से आप जानते हैं डोगरी हमारी मातृभाषा है पर आज के दौर में कहीं ना कहीं डोगरी लुप्त होती नज़र आ रही है क्योंकि घरों की बात करें हम रोजचर्या में भी हमेशा हिंदी को प्रेफरेंस देते हैं या पंजाबी जिस तरह से आम तौर की जम्मू की जनता बोलती है पर कहीं ना कहीं कोशिश एक छोटी सी कोशिश कि हमारी मातृभाषा को प्रमोट करने की तो जिस तरह से आज हमारे साथ इस समय जो हमारे रूबरू करवाने जा रहे हैं सुरेंद्र बिंदीवाला नाम से जाने जाते हैं जो लेखक भी हैं और डोगरी सिंगर भी है पर आज मैं भी कोशिश करूंगी कि डोगरी बोलने की चाहे टूटी हो फूटी हो जैसे भी हो पर कोशिश करने वालों की कभी हार नहीं होती क्योंकि आहिस्ता आहिस्ता अगर बोलने कोशिश करेंगे तो कहीं ना कहीं जनता को भी ये लगेगा हम डोगरों की बात डोगरी की बात तो करते हैं पर कहीं ना कहीं हम खुद भी उस पर पूरा नहीं करें चैरिटी बिगन सैट द होम जब तक हम खुद उन चीज़ों को अपने ऊपर लागू नहीं करेंगे दूसरों को किस तरह से करने के लिए कह सकते हैं तो चलिए बात करें कि कोशिश यही कर रही हूँ इनसे भी अब शुरुआत में कि इनसे मैं डोगरी में ही रूबरू करवाऊँ अगर कोई गलती हो क्योंकि इतनी डोगरी आती नहीं पर कोशिश जरूर करेंगे कोशिश करनी भी चाहिए हर एक व्यक्ति को जो भी है कि जिस जैसा देश वैसा भेष चलिए सुरिंदर बिंदी वाला जी से बात करते हैं चलो सुरिंदर सर थोड़ा बड़ा बड़ा मता मता मलार करने दैनिक शिव टाइम मैडम जी पहले तो मैं बता रही हाँ मैं सारे दिखने वाले हाथ जोड़िए राम राम से नमस्ते करना जी जी बाकी थोड़ा ਬੜਾ ਸਵਾਗਤ ਕਰਨਾ ਤੁਸੇ ਮੀ ਸੱਧਿਆ ਟਾਈਮ ਕੱਢਿਆ ਆਪਣਾ ਤੇ ਕੋਈ ਮੇਰੇ ਦਿਲ ਦੇ ਭਾਵ ਲੋਕਿਆਂ ਦੇ ਰੂਪ ਰੂਪ ਕਰਾ ਲਗੇਓ ਜੀ ਤੇ ਮੈਂ ਜੋ ਤੁਹਾਡੇ ਕੋਲ ਸਰ ਸਰ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਆ ਕਿ ਸੁਰਿੰਦਰ ਬਿੰਦੀ ਵਾਲਾ ਇਹ ਜੇ ਬਿੰਦੀ ਵਾਲਾ ਤੁਸੇ ਕੀ ਟੈਗ ਮਿਲਿਆ ਇਹ ਕਿੱਥੋਂ ਮਿਲਿਆ ਟੈਗ ਇਹ ਪੁੱਛਣਾ ਚਾਹੁੰਦਾ ਇਹ ਟੈਗ ਤੇ ਮੈਨੂੰ ਕਦੇ ਨਹੀਂ ਮਿਲਿਆ ਬੇਸਿਕ ਮੈਂ ਕੰਮ ਬਿੰਦੀਆਂ ਦਾ ਕਰਨਾ ਅੱਛਾ ਇਸ ਕਰੀ ਲਾਕਡਾਊਨ ਚ ਬੱਚਾ ਇੱਕ ਬੈਠਦਾ ਆ ਅਕਾ ਅੰਗਲ ਜੀ ਮੈਂ ਤੁਹਾਨੂੰ ਫੇਸਬੁੱਕ ਪਰ ਚੈਨਲ ਬਣਾਇ ਦਿਨਾ ਹਾਂ ਤਦਸ ਕੇ ਨਾ ਰੱਖਣਾ ਜੀ ਮੈਂ ਯਾਰ ਜਿਹੜਾ ਵੀ ਅੱਜ ਤੋੜੀ ਮੀ ਜਾਣਦਾ ਉਹ ਸਰਿੰਦਰ ਬਿੰਦੀ ਵਾਲਾ ਆਖਦਾ ਮੇਰੇ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਕੰਮ ਕੀ ਪ੍ਰਮੋਟ ਹਾ ਮੈਂ ਚਲੋ ਕੰਮ ਪ੍ਰਮੋਟ ਹੈ ਭਗਵਾਨ ਦੀ ਤੇ ਹੈ ਪ੍ਰਭੂ ਕਿਰਪਾ ਪ੍ਰਮੋਟ ਹੀ ਹੈ ਤੇ ਉਸ ਕਰੀਏ ਮੈਂ ਯਾਰ ਇੰਨ ਹੀ ਸੇ ਲੋਕ ਨਾਂ ਤੂੰ ਜਾਣਦੇ ਸਰਿੰਦਰ ਬਿੰਦੀ ਵਾਲਾ ਇਸ ਕਰੀ ਮੈਂ ਤੁਸੀਂ ਆਖਿਆ ਫੇਸਬੁੱਕ ਤੁਸੀਂ ਇਸ ਕੰਮ ਵਿੱਚ ਪਿਆਦਾ ਕਿੰਨੀ ਦੇਰ ਦਾ ਕੰਮ ਕਰੇਗਾ ਬਿੰਦੀਆ ਕੰਮ ਕੋਈ ਨਹੀਂ ਹੈ ਮੈਡਮ ਜਦੋਂ ਜਨਮ ਲੈਦਾ ਸਾਡੇ ਘਰ ਘਰ ਸਿੱਧੂ ਦੇ ਚਲਦੇ ਆਇਆ ਗਾਣਾ ਬਿਜਾਣਾ ਠੀਕੇ ਪ੍ਰੋਫੈਸ਼ਨਲੀ ਕੋਈ ਗਾਇਕ ਤੇ ਹੈ ਨਹੀਂ ਆ ਨਾਂ ਲੇਖਾ ਜੋ ਦਿਖਨੇ ਆ ਜੋ ਸੋਚਨੇ ਆ ਦਿਮਾਗ ਚ ਆਂਦਾ ਉਹ ਲਿਖਨੇ ਆ ਜੀ ਤੇ ਚਲੋ ਹੁਣ ਇਹਦੀ ਲਿਖੀਏ ਦਿਲ ਦੇ ਭਾਵ ਬਾਹਰ ਕੱਢਣ ਦਾ ਟਾਈਮ ਲੱਗਿਆ ਨਹੀਂ ਜੰਮੂ ਦੇ ਸਰ ਬੱਚਾ ਬੱਚਾ ਹਰ ਇੱਕ ਮਹਿਲਾ ਦੀ ਜ਼ੁਬਾਨ ਤੇ ਤੁਹਾਡਾ ਨਾਮ ਹੈ ਕਿ ਜਿਸ ਤੁਸੀਂ ਸੁਰਿੰਦਰ ਬਿੰਦੀ ਵਾਲਾ ਨਾਮ ਯਾਨੀ ਬਿੰਦੀਆਂ ਦਾ ਕੰਮ ਹੈ ਤੁਹਾਡਾ ਤੇ ਮੋਸਟਲੀ ਦਿਖਾਇਆ ਜਾਂਦਾ ਸਾਡੀ ਜੰਮੂ ਦੀ ਗੱਲ ਕਰੇ ਜਾਂ ਸਾਡੇ ਦੇਸ਼ ਦੀ ਗੱਲ ਕਰੇ ਮਹਿਲਾਾਂ ਦਾ ਜਿਹੜਾ ਯਾਨੀ ਸੰਸਕ੍ਰਿਤੀ ਸਾਡੀ ਬਿੰਦੀ ਲਗਾਰਾ ਯਾਨੀ ਕਿ ਅਗਰ Hindu ਰੀਤੀ ਰਿਵਾਜ ਦੇ ਮੁਤਾਬਿਕ ਦੇਖਿਆ ਜਾਏ ਕਿ ਅਨਮੈਡਡ ਕੁੜੀਆਂ ਜਾਂ ਕੇ ਆਖ ਚੇ ਕਿ ਜਾਂ ਮੈਰੀਡੋਨ ਯਾਨੀ ਬਿੰਦੀ ਕੁੰਦੀ ਸੰਸਕ੍ਰਿਤੀ ਚਾਹੰਦਾ ਤਾਂ ਜਿਸ ਨਾਲ ਮਤਲਬ ਮਹਿਲਾ ਦਾ ਰੁਝਾਨ ਹੋਆ ਇੱਕ ਤਾਂ ਉਸ ਕਾਮੀ ਚ ਔਰ ਮਹਿਲਾਏ ਵੀ ਜਾਣਦੀ ਕਿ ਇਸ ਤੁਰਿੰਦਰ ਬਿੰਦੀ ਵਾਲਾ ਜੰਮੂ ਚ ਐ ਕੋਈ ਜਿਹਦੇ ਕੋਲ ਬਿੰਦੀਆਂ ਦੀ ਕਾਫੀ ਅੱਛੀ ਕਲੈਕਸ਼ਨ ਹੈ ਨਾਲ ਹੀ ਨਾਲ ਤੁਸੀਂ ਕਿਸ ਤਰ੍ਹਾਂ ਸੋਚੀ ਲਿਆ ਕਿ ਮੀ ਹੁਣ ਗਾਣਾ ਵੀ ਚਾਹਦਾ ਜਾਂ ਕਦੋਂ ਤੁਹਾਡੇ ਅੰਦਰ ਇੱਕ ਪੈਸ਼ਨ ਜਾ ਗਿਆ ਕਿ ਗਾਣਾ ਗਾਈ ਮੀ ਵੀ ਆਪਣਾ ਨਾਮ ਕਮਾਣਾ ਚਾਹਦਾ ਮੈਡਮ ਨਾਂਕ ਮਾਣਨ ਦੀ ਤੇ ਕੋਈ ਗੱਲ ਨਹੀਂ ਐ ਮੈਂ ਤੇ ਡੁਗਰ ਧਰਤੀ ਦੀ ਆਪਣੀ ਡੁਗਰੇ ਦੀ ਭਾਸ਼ਾ ਮੈਂ ਚਾਹਨਾ ਹਰ ਬੰਦੇ ਦੇ ਜਵਾਨਪਰੀ ਹੋਏ ਬੱਚੇ ਦੇ ਜਵਾਨਪਰੀ ਹੋਏ ਬਲੋਏ ਡੋਗਰੀ ਆਗਦੇ ਕੁਸੀ ਨੇ ਲੋਕੇ ਇਹ ਨਹੀਂ ਪਤਾ ਬੱਚੇ ਵੱਡਲੇ ਕੁਸੀ ਆਦ ਨੇ ਤਰਗਾਲੇ ਕੁਸੀ ਆਦ ਨੇ ਸੰਝਾਂ ਲਾ ਕੁਸੀ ਆਦ ਨੇ ਨਿਓੜਾ ਕੁਸੀ ਆਦ ਨੇ ਸਲੂਨਾ ਕੁਸੀ ਆਗਦੇ ਇਹ ਕੁਸੀ ਹੀ ਪਤਾ ਨਹੀਂ ਹੋਣਾ ਕਿਸੇ ਵੀ ਨਹੀਂ ਪਤਾ ਸਤਾਈ ਤੂੰ ਤੇ ਕੋਲ ਜਾਣਾ ਇਸੇ ਕਰੀਏ ਡੁਗਰਾ ਦੇ ਖੁਆਣੇ ਦੇ ਆਸ ਪਰ ਡੁਗਰੇ ਰੋਣੇ ਪਰ ਡੁਗਰੇ ਦੀ ਜਾਣ ਦੇਣੀ ਐ ਇਸ ਕਰੀਏ ਜੋ ਵੀ ਅੱਛਾ ਲੱਗਦਾ ਉਹ ਮੈਂ ਲਿਖਣਾ ਉਨ ਪਿੱਛੇ ਜੇ ਮੈਂ ਲਿਖਿਆ ਮੈਂ লিখਿਆ ਡੁਗਰਾ ਦੇ ਬੜੇ ਸ਼ੈਲ ਸ਼ੈਲ ਲੋਕ ਸ਼ੈਲ ਸ਼ੈਲ ਮਾਨੂੰ ਨੇ ਉਹਨੇ ਸੋਚੀਏ ਮੈਂ ਲਿਖਿਆ ਕਿ ਖਾਬ ਚ ਕੇ ਬੰਦਾ ਸੋਚਦਾ ਉਹ ਮੈਂ ਲਿਖਿਆ ਤੂਗੀ ਦੇ ਕੀ ਆ ਮੈਂ ਪੁੱਲੀਆਂ ਰਾ ਜੰਮੂ ਐਂਦੀ ਸ਼ੈਲ ਗੋਰੀਏ ਤੂਗੀ ਦੇ ਕੀ ਆ ਮੈਂ ਪੁੱਲੀਆਂ ਰਾ ਜੰਮੂ ਐਂਦੀ ਸ਼ੈਲ ਗੋਰੀਏ ਦੁਆ ਚੰਨ ਕਥੋਂ ਚੜਿਓ ਗਿਆ ਸੋਚਾਂ ਪਿਆ ਰੱਬ ਮੜੀਏ ਮੜੀਏ ਤੂਹੀ ਦਿਖਿਆ ਮੈਂ ਪੁੱਲੀਆਂ ਆਰਾ ਡੁਗਰਿਆ ਦੀ ਸ਼ੈਲ ਗੋਰੀਏ ਫਿਰ ਅੱਗੇ ਬੰਦਾ ਖਾਬ ਚ ਕੀ ਸੋਜਦਾ ਉਹਦੀ ਸੋਝੀ ਦੱਸ ਲਾਂ ਸੁਖ ਨੇ ਚ ਰਾਤੀ ਆਈ ਬਿੰਦ ਹਾਰਾ ਲਾਇਆ ਤੂੰ ਬਿੰਦ ਹਾਰਾ ਲਾਇਆ ਤੂੰ ਮਿੱਟੀ ਦਾ ਬਨਾਇਆ ਬੁੱਤ ਪੰਨੀ ਹਟਾਇਆ ਤੂੰ ਪੰਨੀ ਹਟਾਇਆ ਤੂੰ ਆਖਾ ਖੁੱਲੀਆਂ ਸਭ ਹੋ ਗਿਆ ਸਵਾ ਡੁਗਰਾ ਦੀ ਸ਼ਾਲ ਗੋਰੀਏ ਗੋਰੀਏ ਤੂੰ ਹੀ ਦਿਖਿਆ ਮੈਂ ਪੁਲੀਆਂ ਆਰਾ ਡੁਗਰਾ ਦੀ ਸ਼ਾਲ ਗੋਰੀਏ ਕੀ ਗੱਲ ਹੈ ਕੀ ਗਲਤ ਸੇ ਬੜਾ ਹੀ ਸੋਣਾ ਔਰ ਬੜਾ ਮਿੱਠਾ ਗਾਇਆ ਸੁਰਿੰਦਰ ਜੀ ਗੱਲ ਹੋਰ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਮਤਲਬ ਤੁਸੀਂ ਪਹਿਲਾ ਗਾਣਾ ਕਦੋਂ ਗਾਇਆ ਮਤਲਬ ਡੋਗਰੀ ਦੇ ਵਿੱਚ ਇਹ ਪੁੱਛਣਾ ਚਾਹੁੰਦੇ ਹਾਂ ਕਿਉਂਕਿ ਸਾਡੀ ਡੋਗਰੀ ਵੀ ਦਿਖ ਰਿਹਾ ਕਿ ਹ ਟੁੱਟੀ ਪੁੱਟੀ ਬੋਲਾਂ ਪਰ ਕੋਸ਼ਿਸ਼ ਜ਼ਰੂਰ ਕਰ ਰਹੇ ਆ ਪਹਿਲਾ ਗਾਣਾ ਕਦੋਂ ਗਾਇਆ ਤੁਸੀਂ ਤਾਂ ਕਿ ਲੋਕਾਂ ਨੂੰ ਕੀ ਪਤਾ ਚੱਲੇ ਜਿਸਨਾਂ ਬਿੰਦੀ ਵਾਲਾ ਤੇ ਹੈ ਉਹਨਾਂ ਨੂੰ ਪਤਾ ਚੱਲੇ ਸੁਰਿੰਦਰ ਬਿੰਦੀ ਵਾਲਾ ਡੋਗਰੀ ਗਾਇਕ ਔਰ ਲੇਖਕ ਵੀ ਕਨੇ ਕਦੋਂ ਗਾਇਆ ਪਹਿਲਾ ਇਹ ਤੇ ਲਾਕਡਾਊਨ 'ਚ ਮੈਂ ਵੀ ਚੈਨਲ ਬਣਾਇਆ ਤੇ ਜੋ ਲਿਖੇ ਦਾ ਤੇ ਮੈਂ ਸੋਚਿਆ ਕਿਸੇ ਨੂੰ ਗਵਾ ਤੋ ਬੱਚਾ ਅਗਲਾ ਅੰਗਲੀ ਤੁਸੀਂ ਲਿਖਦਾ ਤੁਸੀਂ ਕੀ ਗਾਉਣਾ ਉਨੇ ਇੱਕ ਦਿਨ ਬਣਾਇਆ ਮੈਮੀ ਸ਼ੌਕੀਏ ਸਾਨੂੰ ਕੇ ਬਤਾ ਫੇਸਬੁਕ ਦੀ ਕੀ ਵੈਲਿਊ ਹੈ ਮੀਡੀਆ ਦੀ ਕੀ ਵੈਲਿਊ ਹੈ ਜੋ ਕਾਇਆ ਤੋ ਜਰੂਰ 25000 ਲੋਕਾਂ ਨੇ ਦਿਖਿਆ ਕਿਆ ਬਾਤ ਕਮੈਂਟ ਵੀ ਕੀਤੇ ਨਹੀਂ ਸਰਿੰਦਰ ਜੀ ਤੋ ਉਸ ਗਾਓ ਜੀ ਯਾਰਾਂ ਦੇ ਉਸ ਦੇ ਗਾਂਦੇ ਬੋਂਦੇ ਹੈ ਜੀ ਉਨੇ ਆਖਿਆ ਗਾਓ ਜੀ ਥੋੜਾ ਅੱਛਾ ਵੀ ਲੱਗਿਆ ਤੇ ਫਿਰ ਲਿਖਦੇ ਵੀ ਗਏ ਇਹ ਮੇਰਾ ਇੱਕ ਯਾਰ ਦੋਸਤ ਹੈ ਬਯਾਰਾ ਉਨੇ ਲਿਖਿਆ ਬੰਦੇ ਦੀ ਜੀਵਨੀ ਕੀ ਹੈ ਬੰਦਾ ਹੈ ਗਿਆ ਜੀ ਉਨੇ ਲਿਖਿਆ ਉਹਨ ਕੀ ਲਿਖਿਆ ਮਿੱਟੀ ਦੇ ਆ ਬੁਤਾ ਮਿੱਟੀ ਦੇ ਆ ਬੁਤਾ ਕੈਲੀ ਮਾਰ ਨਾ ਟਵਾਕੀਆਂ ਅੰਦਰ ਬੈਠੇ ਰੱਬਾ ਕੰਨ ਕਰਨਾ ਚਲਾਕੀਆਂ ਮਿੱਟੀ ਦੇ ਆ ਬੁਤਾ ਦੁਆ ਬੰਦਰਾ ਕੋਤ ਵੀ ਕਮਰੇ ਚ ਬੈਠੀਏ ਕੱਲਾ ਉਹ ਕੇ ਕਰਦਾ ਆਇਆ ਖਿਆਲੀ ਮਹਿਲ ਬਣਾਦਾ ਅੰਦਰ ਬੈਠਾ ਨੁਕਰ ਚ ਬਣਾਦਾ ਰਵੇਂ ਮਹਿਲ ਤੂੰ ਅੱਗੇ ਕਿਹੜੇ ਘਰ ਜਾਣਾ ਕਰੇ ਨਾ ਖਿਆਲ ਤੂੰ ਉਹ ਦੇ ਕਾਰ ਚਲਨੀ ਆਨੀ ਝੂਠੇ ਦੀ ਗੜਾਕੀਆਂ ਅੰਦਰ ਬੈਠੇ ਰੱਬਾ ਕੰਨ ਕਰਨਾ ਚਲਾਕੀਆਂ ਮਿੱਟੀ ਦੇ ਆ ਬੁਤਾ ਇਹ ਮੈਂ ਦੇਖਿਆ ਕਿ ਬੰਦਾ ਹੈ ਗਿਆ ਇਹਦੇ ਮਿੱਟੀ ਹੈ ਨਾ ਤੋ ਐਵੇਂ ਹੀ ਟਵਾਕੀਆਂ ਮਾਰਦਾ ਆਈ ਵੀ ਮੇਰਾ ਉਹ ਵੀ ਮੇਰਾ ਇਸ ਇਨ ਬੋਲਾਂ ਦੇ ਵਿੱਚ ਨਾ ਕਾਫੀ ਗਹਿਰਾ ਮਤਲਬ ਨਿਕਲਦਾ ਜੀ ਹਾਂ ਸਰ ਮੈਂ ਮਰਨੇ ਦੇ ਬਾਅਦ ਕੀ ਹੋਣਾ ਤੇ ਕੀ ਇਨਸਾਨ ਜਿਹੜੇ ਇਸੇ ਬੜੀ ਬੜੀ ਵੱਡੀਆਂ ਗੱਲਾਂ ਕਰਨੇ ਆ ਗਲਤ ਕਰਨੇ ਆ ਸਹੀ ਕਰਨੇ ਪਰ ਆਖਰ ਵਿੱਚੋ ਆਖਰੀ ਸਫਰ ਮਿੱਟੀ ਹੋਈ ਜਾਣਾ ਬੰਦੇ ਨੇ ਬੰਦੇ ਦਾ ਸ਼ਰੀਰ ਜਿਹੜਾ ਮਿੱਟੀ ਹੈ ਤੋਂ ਇਸੇ ਪਹਿਲੇ ਇਸੇ ਗਹਿਰਾ ਇੱਕ ਇੱਕ ਅੱਛਾ ਕੰਮ ਕਰੀਏ ਅੱਛਾ ਇਨਸਾਨੀਅਤ ਅਸੇ ਕੁਝ ਕਰੀਏ ਸਿੰਧ ਬਿੰਦੀ ਵਾਲੇ ਇੱਕ ਲਈ ਕਿ ਅਗਰ ਤੁਹਾਨੂੰ ਕਦੀ ਮੌਕਾ ਮਿਲਦਾ ਤੁਸੀਂ ਕੀ ਕਿ ਕਿਥੇ ਅੱਛੇ ਪਲੇਟਫਾਰਮ ਤੇ ਗਾਣੇ ਦਾ ਜੰਮੂ ਕੀ ਪ੍ਰਮੋਟ ਕਰਨੇ ਦਾ ਸਾਡੀ ਡੋਗਰੀ ਲੈਂਗੁਏਜ ਕੀ ਪ੍ਰਮੋਟ ਕਰਨੇ ਦਾ ਤੁਸੀਂ ਕਰਗੇ ਨਹੀਂ ਮੈਡਮ ਜੀ ਅਗਰ ਜੰਮੂਵਾਸੇ ਕੁਝ ਵੀ ਕਰਨਾ ਪਿਆ ਡੁਗਰ ਭਾਸ਼ਾ ਵਾਸਤੇ ਕੁਝ ਵੀ ਕਰਨਾ ਪਿਆ ਉਹ ਜਰੂਰ ਕਰਗੇ ਬਾਕੀ ਦੁਕਾਨਦਾਰਾ ਜਿਹਨਾਂ ਨੂੰ ਟਾਈਮ ਲੱਗਦਾ ਲਿਖਨੇ ਆ ਅਟੀ ਭਈਏ ਜਿਹਨਾਂ ਨੂੰ ਟਾਈਮ ਲੱਗਦਾ ਜੋ ਦਿਮਾਗ ਜਾਂਦਾ ਇਹ ਲਿਖ ਲੈਣੇ ਆ ਜੇ ਰਾਤੀ ਨੂੰ ਤੇ ਸੁੱਤੇ ਦੇ ਕੋਈ ਜੀ ਚੇਤ ਆਂਦੀ ਹੈ ਮੋਬਾਈਲ 'ਚ ਜਰੂਰ ਮੈਂ ਉਸੀ ਕੈਦ ਕਰਨਾ ਘਰ ਵਾਲੇ ਤੋਬਦੇ ਵੀ ਆਣ ਗਏ ਉਥੇ ਤੇ ਇਸ ਕਰੀਏ ਜੋ ਜੁਲੇ ਸੋ ਜਾਂਦੀ ਹੈ ਉਹਲੇ ਮੈਂ ਉਸੀ ਕੈਦ ਕਰ ਲੈਣਾ ਫਿਰ ਸਵੇਰੇ ਭਈਏ ਉਸੀ ਲਿਖਨੇ ਆ ਤੇ ਇਆਂ ਕੇ ਉਹ ਹੈ ਗਿਆ ਇਹ ਰਖ ਪ੍ਰੇਮ ਦੇ ਰੇ ਨਹੀਂ ਮੈਣੇ ਜੀ ਇਹ ਰਖ ਪ੍ਰੇਮ ਕੇ ਬੰਧਨ ਇਨਸਾਨ ਕਹਦੇ ਕਨੇ ਜੁੜੇ ਦਾ ਖਾਲੀ ਮਤਲਬ ਕਰਨੇ ਤੋਂ ਉਹ ਮੇਰੇ ਦੋਸਤ ਨੇ ਲਿਖਿਆ ਇਰਖਾ ਦਾ ਇੱਥੇ ਕੋਈ ਮੁੱਲ ਨਹੀਂ ਮਤ ਕਰਿਓ ਕੋਈ ਖਾਰ ਖਾਰ ਦਾ ਮਤਲਬ ਸੁਨਾਣਾ ਚਾਹਣਾ ਜਿਹੜੇ ਸੁਣਨੇ ਵਾਲੇ ਖਾਰ ਦਾ ਮਤਲਬ ਦੁਸ਼ਮਣੀ ਜੀ ਜੀ ਨਾ ਕਿਹਾ ਇਰਖਾ ਦਾ ਇੱਥੇ ਕੋਈ ਮੁੱਲ ਨਹੀਂ ਮਤ ਕਰਿਓ ਕੋਈ ਖਾਰ ਅਸੀਂ ਖੇੜਿਆ ਕੱਢ ਲਾਓ ਜੀਵਨ ਦੇ ਦਿਨ ਚਾਰ ਉਹ ਬੰਦਿਆ ਜੀਵਨ ਦੇ ਦਿਨ ਚਾਰ ਫਿਰ ਜਿੰਦੇ ਜੀ ਇਨਸਾਨ ਸਮਝਦਣੀਆਂ ਜਿਹੜਾ ਠੀਕ ਹੈ ਵੀ ਕੁਝੇ ਜ਼ਰੂਰਤ ਪੂਣੀ ਹੈ ਕਿਉਂਕਿ ਆਦੇ ਜੀਂਦੇ ਜੀਤੇ ਪਾਉਂਦੀ ਐ ਇੱਕ ਦੂਏ ਦੀ ਲੋੜ ਜਿੰਦੇ ਜੀਤੇ ਰਹਉਂਦੀ ਐ ਇੱਕ ਦੂਏ ਦੀ ਲੋੜ ਮਰਨੇ ਬਾਅਦ ਵੀ ਪਾਉਂਦੀ ਐ ਚੌਂ ਮੁੰਡੇ ਦੀ ਲੋੜ ਉਹ ਸਜਣੋਂ ਚੌਂ ਮੁੰਡੇ ਦੀ ਲੋੜ ਬੜਾਈ ਵਧੀਆ ਗਾਇਆ ਤੁਸੀਂ ਦਿਲੇਗੀ ਛੁਈ ਲਿਆ ਜੀ ਤੁਸੀਂ ਆਪਣੀ ਬੋਲੀ ਦੇ ਕਾਰਨ ਸਰ ਇੱਕ ਹੋਰ ਸਾਲ ਪੁੱਛਿਆ ਤੁਹਾਡੇ ਪਰਿਵਾਰ ਦਾ ਕਿੰਨਾ ਤੁਸੀਂ ਯੋਗਦਾਨ ਮਿਲਦਾ ਕਿ ਜਿਸ ਤਰ੍ਹਾਂ ਤੁਸੀਂ ਤੁਸ ਆਖਿਆ ਕਿ ਸੋਸ਼ਲ ਮੀਡੀਆ ਇੱਕ ਗੱਲ ਪੁੱਛਣਾ ਚਾਹਗੇ ਕਿ ਸੋਸ਼ਲ ਮੀਡੀਆ ਕਿੰਨਾ ਕਾਰਾਮਦ ਹੈ ਕਿ ਐਸੇ ਵਿਅਕਤੀਆਂ ਸੇ ਜਿੰਦੇ ਅੰਦਰ ਟੈਲੈਂਟ ਹੈ ਉਸ ਟੈਲੈਂਟ ਕੀ ਐਕਸਪੋਜ਼ ਕਰਨੇ ਐਸੇ ਕਿਉਂਕਿ ਜਨਤਾ ਦਾ ਪਿਆਰ ਸੋਸ਼ਲ ਮੀਡੀਆ ਦੇ ਮਾਧਮ ਤੇ ਹੀ ਮਿਲਦਾ ਹੈ ਤਾਂ ਤੁਸੇ ਕਿੰਨਾ ਪਿਆਰ ਮਿਲਿਆ ਜਨਤਾ ਦਾ ਮੈਡਮ ਮੈਂ ਤੇ ਸੋਚੀ ਹੀ ਨਹੀਂ ਸਕਦਾ ਜੀ ਕਿ ਲੋਕ ਇੰਨਾ ਪਿਆਰ ਕਰਦੇ ਨੇ ਸੋਸ਼ਲ ਮੀਡੀਆ 'ਤੇ ਕਿ ਇਹ ਅਸਾੜਾ ਤੇ ਫੋਨ ਕਰਨਾ ਤੇ ਸੁਣਨਾ ਇੰਨਾ ਰਗ ਆਂਦਾ ਹੈ ਇਹ ਬਾਕੀ ਨਿਆਣੇਗੇ ਉਹ ਬੇਟੀ ਐ ਵਿਚਾਰੀ ਉਹ ਸੈੱਟ ਕਰਦੇ ਪਪਾ ਇਹ ਦੇਖੋ ਕੈਮਰਾ ਐਸੇ ਕਰੋ ਉਹ ਜਲਾੜੀ ਵਿਚਾਰੀ ਕੋਠੇ ਬੈਠਦੇ ਹੁੰਦੇ ਆ ਜੁਲੇ ਲਿਖਨੇ ਆ ਦਿਮਾਗ ਉਹਦੇ ਹੋ ਰਿਹਾ ਹੁੰਦਾ ਅੱਛਾ ਇਸ ਵਾਰੀ ਹੁਣ 2-4 ਦਿਨ ਪਹਿਲੇ ਮੇਰੇ ਦਿਮਾਗ ਆਇਆ ਮੈਂ ਉੱਠੀ ਚਲੀ ਆ ਕਿਉਂਕਿ ਰਾਤੀ ਨੂੰ 2 ਵੇ ਇਹਦੇ ਬੋਲ ਗਿਓ ਤੋ ਸਭ ਫੋਨ 'ਚ ਤੇ ਮੈਂ ਘਰ ਆਲੇ ਉੱਠੀ ਹਿੰਦੇ ਉਹ ਲਈ ਵੇ ਧੋਪਣ ਗਏ ਉੱਥੇ ਨਾ ਫਿਰ ਹੁਣ ਦੇਖਿਆ ਹੈ ਕੀ ਗੱਲ ਮੈਂ ਯਾਰ ਕੋਈ ਗੱਲ ਆਈ ਤੇ ਮੈਂ ਉਹਦੀ ਕਾਇਰ ਕੀਤੀ ਦੇ ਕੋਈ ਤੋ ਗਾਣੇ ਪਿੱਛੇ ਆ ਫਿਰ ਵੀ ਉਹ ਬੜਾ ਸਬੋਡ ਕਰਦੇ ਉਹ ਪੂਰਾ ਧਿਆਨ ਰੱਖਦੇ ਇਸੇ ਕਰੀ ਉਹ ਆਦੇ ਪੇ ਰਾਤੀ ਵੀ ਤੋ ਉਸ ਕਾਮੀ ਦਾ ਸਹੋਦਾ ਚਹੀ ਇਸ ਕਰੀ ਹੁਣ ਇੰਨਾ ਛਾਇ ਲੱਗਦਾ ਕਿ ਲੋਕਾਂ ਦਾ ਪਿਆਰ ਮਿਲਦਾ ਲੱਗਦਾ ਕਿ ਬਾਰ-ਬਾਰ ਮਿਲ ਲਿਆ ਸਿਹਤ ਸਿਹਤ ਸੀ ਇੰਨਾ ਪਿਆਰ ਮਿਲ ਗਿਆ ਲੋਕ ਲੋਕਿਆਂ ਦਾਗੇ ਲੋਕਿਆਂ ਕੀ ਸਤ ਸੁਵਿੰਦਰ ਬਿੰਦੀ ਵਾਲੇ ਦੇ ਕਨੇ ਕਨੇ ਇੱਕ ਗਾਇਕ ਇੱਕ ਲੇਖਨ ਦੇ ਨਾਮ ਕੀ ਪ੍ਰਸਿੱਧ ਹੋ ਗਏ ਨਹੀਂ ਨਹੀਂ ਅਕਿੱਲ ਲੋਕਾਂ ਪਿਆਰ ਕਿਸ ਚੀਜ਼ ਕਿੰਨੇ ਆ ਲੋਕਾਂ ਪਿਆਰ ਹੈ ਅਸਲੀਅਤ ਕੰਨੇ ਜੋ ਅਸਲੀ ਮੇਰੀ ਸੋਚ ਜੋ ਮੇਰਾ ਦਿਮਾਗ ਕੰਮ ਕਰਦਾ ਜੋ ਮੈਂ ਲਿਖਣਾ ਉਹਦੇ ਦਿਲਾਂ ਦੀ ਸ਼ੁੰਦਾ ਫਾਰਮੈਲਟੀ ਕਿਸੇ ਦਾ ਦਿਖਿਆ ਦਾ ਕਿਸੇ ਦਾ ਗਾਇਕ ਦਾ ਮੈਂ ਕੁਝ ਨਹੀਂ ਗਾਂਦਾ ਜੋ ਲਿਖਨੇ ਆ ਜੋ ਆਪਣੇ ਦਿਮਾਗਾ ਜਾਂਦਾ ਉਹੇ ਲਿਖਨੇ ਆ ਤੇ ਉਹ ਗਾਣੇ ਆ ਪਿਛੇ ਹੀ ਕੋਰੋਨਾ ਟਾਈਮ ਇਕ ਪਰਿਵਾਰ ਯਾਰ ਦੋਸਤ ਵਿਚਾਰੇ ਬਿਮਾਰ ਹੋਈ ਸਾਰੀ ਫੈਮਿਲੀ ਬਖਰੇ ਬਖਰੇ ਹੋਈਏ ਬਖਰੇ ਬਖਰੇ ਕਮਰੇ ਚ ਤੇ ਦਿਮਾਗ ਚ ਆਇਆ ਵੀ ਇਕੋ ਥਾਲੀ ਚ ਖਾਣੇ ਆਲੇ ਸਾਰੇ ਕਰੋਨਾ ਨਾਲ ਬਖਰੇ ਬਖਰੇ ਕਰਿ ਡਿਆ ਉਹ ਦਿਨ ਮੈਂ ਲਿਖਿਆ ਹਾ ਕੀਤਾ ਕੀਤਾ ਮੈਂ ਸਿਰ ਭੁੱਲੀਆਂ ਸੀ ਥੋੜਾ ਜਿਹਾ ਕਿਉਂਕਿ ਤਾਂ ਮੈਂ ਤਸਿਹੋਰ ਸੁਣਾਣਾ ਚੁੱਲੀ ਦਾ ਫੁਲਕਾ ਜਿਹੜੇ ਪਹਿਲੇ ਗਾ ਦੇ ਮੈਂ ਗਰਾ ਗੇਦਾ ਦਿੱਖਿਆ ਚੁੱਲ ਬਲਾ ਦੀ ਤੇ ਕਨੇ ਫੁਲਕਾ ਸਾਰੇ ਬੈਠੀ ਖਾਦੇ ਤੇਮੋਦੇ ਲਿਖਿਆ ਸਾਰੇ ਲੱਗਾ ਸੁਆਦ ਫੁਲਕਾ ਚੁੱਲੀ ਦਾ ਆਪੇ ਫੁਲਕਾ ਚੁੱਲੀ ਦਾ ਉਹ ਸਾਰੇ ਲੱਗਾ ਸੁਆਦ ਫੁਲਕਾ ਚੁੱਲੀ ਦਾ ਇਹ ਲੱਭੈ ਘਰਾਂ ਅਰਕਾਰ ਫੁਲਕਾ ਚੁੱਲੀ ਦਾ ਇਸ ਫੁਲਕੇ ਦੀ ਖਾਤਰ ਬੇਬੇ ਮਾਕੜੀਆਂ ਸਸ਼ਾਬ ਬਨਾਇਆ ਸਸ਼ੇ ਦਾ ਮਤਲਬ ਹੈ ਕੱਚੀਆਂ ਮਾਕੜੀਆਂ ਲਈਏ ਕੁੱਟੀਏ ਮਿਰਚਾਂ ਪਾਈਏ ਆਹ ਚਟਨੀ ਬਣਾਉਂਦੇ ਇਸ ਫੁੱਲ ਕੇ ਦੀ ਖਾਤਰ ਬੇਬੇ ਮਾਕੜੀਆਂ ਸ਼ਸ਼ਾ ਬਨਾਇਆ ਖਾਈ ਸ਼ਸ਼ੇ ਕੀ ਆ ਖਟਬਰ ਲੱਗਿਆ ਬੜਾ ਸੁਆਦ ਫੁੱਲ ਕਾ ਚੁੱਲੀ ਦਾ ਆਂ ਪਾਈ ਫੁੱਲ ਕਾ ਚੁੱਲੀ ਦਾ ਇਹ ਸਾਰੇ ਲੱਗਾ ਸੁਆਦ ਫੁੱਲ ਕਾ ਚੁੱਲੀ ਦਾ ਜੋ ਮੇਰੇ ਦਿਮਾਗ ਆਂਦਾ ਜੋ ਮੈਨੂੰ ਦਿਖਣਾ ਉਸੇ ਮੇਂ ਲਿਖਣ ਦੀ ਕੋਸ਼ਿਸ਼ ਜ਼ਰੂਰ ਕਰਨਾ ਜੀ 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 ਸਰਿੰਦਰ ਸਰ ਇੱਕ ਹੋਰ ਗੱਲ ਪੁੱਛਣਾ ਚਾਹਗੇ ਕਿ ਸਾਡੀ ਜਨਤਾ ਸੇ ਖਾਸ ਕਰਕੇ ਤੁਸ ਕੇ ਮੈਸੇਜ ਦੇਣਾ ਚਾਹੁੰਦੇ ਆਪਣੇ ਗਾਣੇ ਦੇ ਤਰੂ ਅਚਾਨੇ ਤੁਸ ਸਾਡੀ ਜਨਤਾ ਸੇ ਕੋਈ ਗਾਣਾ ਗਾਓ ਉਹ ਵੀ ਡੋਗਰੀ ਚ ਔਰ ਜੀ ਹਾਂ ਹਰ ਘਰ ਚ ਅੱਜ ਜਿਹੜੀ ਇਸ ਗੱਲ ਕਰਦੇ ਆ ਲੋਕ ਆਵਾਜ਼ ਤੇ ਉਠਾਉਂਦੇ ਆ ਕਿ ਡੋਗਰੀ ਨੂੰ ਪ੍ਰੋਮੋਟ ਕਰਨਾ ਐਕਸਪਲੋਰ ਕਰਨਾ ਪਰ ਕੀ ਹਾਂ ਜਦਾ ਸਪਣੇ ਘਰੇ ਚ ਨਹੀਂ ਬੋਲਗੇ ਡੋਲਗੀ ਡੋਗਰੀ ਜਾਂ ਹਿੰਦੀ ਜਾਂ ਪੰਜਾਬੀ ਮਿਕਸ ਬੋਲਗੇ ਪਰ ਡੋਗਰੀ ਕੀ ਘਰਾਂ ਤੋਂ ਹੀ ਸ਼ੁਰੂ ਕਰਨਾ ਪਊਗਾ ਜਿਵੇਂ ਤੁਸੀਂ ਕਰ ਰਹੇ ਹੋ ਤੇ ਚਾਹਾਂਗੇ ਸਾਡੀ ਜਨਤਾ ਸੇ ਕੁਛ ਚਾਰ ਲਾਣਾ ਤੁਸੀਂ ਗਾਈਏ ਤਾਂ ਸੋਣਾ ਮੈਂ ਤੇ ਮੈਡਮ ਜੀ ਇਹ ਚਾਹਾਂ ਕਿ ਮਾਪਿਆਂ ਕੋਲ ਲੱਗੇ ਸ਼ੁਰੂ ਹੋਣ ਦੀ ਡੋਗਰੀ ਆਸਾਖਨੇ ਨਿਆਣੇ ਜੋ ਬੋਲਾ ਦੇ ਮਾਂ ਬੋਲੀ ਬੋਲਾ ਦੇ ਉਧਰ ਮੈਂ ਲਿਖਿਆ ਬਲੋਂਦੇ ਲੱਗਿਆ ਮਾਉਦੀ ਜਵਾਨ ਡੋਗਰੀ ਇੱਜ਼ਤ ਹੈ ਬੱਬੇ ਦੇ ਸਮਾਨ ਡੋਗਰੀ ਡੋਗ ਰਹਿੰਦੀ ਜਿੰਦ ਤੇ ਐ ਜਾਨ ਡੋਗਰੀ ਸੁਨੋ ਚਾ ਜੁੱਥਾ ਆਉਂਦਾ ਬੜਾ ਮਾਨ ਡੋਗਰੀ ਅੱਗੇ ਮੇ ਲਿਖਿਆ ਉਹ ਘਰ ਦਾ ਖਾਣਾ ਬਿਨਾਂ ਲੋਕ ਭੁੱਲੀਏ ਤੇ ਬਜਾਰੇ ਸ਼ੁਰੂ ਹੀ ਇਹਦੇ ਉਹ ਮੈਨੇ ਅੱਖ ਲਗਾ ਦੇਸੀ ਪੁੱਲੇ ਖਾਣੇ ਉਹਨਰੇ ਜੀ ਚੁੱਲੀ ਵਾ ਪੀਜੇ ਮੂਮ 버ਗਰ ਕੀਤੇ ਕਰੇ ਦੇ ਘਰ ਤਵਾ ਖਾਓ ਕਰੇਂਦਾ ਬੋਲੋ ਤੁਸੀਂ ਜਵਾਨ ਡੋਗਰੀ ਇੱਜ਼ਤ ਹੈ ਬੱਬੇ ਦੇ ਸਮਾਨ ਡੋਗਰੀ ਬੋਲੋਂਦੇ ਲੱਗਾ ਮੌਦੀ ਜਵਾਨ ਡੋਗਰੀ ਇੱਜ਼ਤ ਹੈ ਬੱਬੇ ਦੇ ਸਮਾਨ ਡੋਗਰੀ ਬਹੁਤ ਹੀ ਵਧੀਆ ਗਾਇਆ ਤੁਸੀਂ ਹਾਂ ਅੱਛਾ ਇੱਕ ਪੁੱਛਣਾ ਚਾਹੁੰਦੇ ਆ ਤੁਹਾਡੀ ਦੁਕਾਨ ਕਿੱਥੇ ਤਾਂ ਕਿ ਸਾਡੇ ਜਿੰਨੇ ਵੀ ਵੀਵਰ ਖਾਸ ਕਰਕੇ ਮਹਿਲਾ ਦਿਖਾ ਰਹੀ ਹੈ ਤੇ ਉਸ ਦੁਕਾਨ ਤੱਕ ਪਹੁੰਚ ਜੀਏ ਹੋਰ ਤੁਹਾਡੀ ਦੁਕਾਨ ਮੈਂ ਇੱਕ ਹੈ ਕਿ ਸਿੰਗਰ ਲੇਖਕ ਔਰ ਨਾਲ ਗਾਇਕ ਵੀ ਹਨ ਬਿੰਦੀ ਜੀ ਨੇ ਕਿ ਨਹੀਂ ਵੀ ਪਤਾ ਉਹ ਵੀ ਤੁਹਾਡੀ ਦੁਕਾਨ ਤੱਕ ਆ ਰਹੇ ਕਿਉਂਕਿ ਤੁਹਾਡੀ ਦੁਕਾਨ ਦੇ ਸੁਣਿਆ ਕਲੈਕਸ਼ਨ ਬੜੀ ਜ਼ਬਰਦਸਤ ਹੈ ਅਸ ਵੀ ਆਗੇ ਪੱਕਾ ਹੁਣ ਤਾਂ ਸਪੈਸ਼ਲੀ ਆਣਾ ਪੋਗਾ ਦੁਕਾਨ ਤੇ ਆਈ ਇਸ ਤੁਹਾਡੇ ਨਾ ਦੁਕਾਨ ਕੀ ਪ੍ਰਮੋਟ ਕਰਕੇ ਯਾਨੀ ਦਿਖਾ ਕੇ ਕਿ ਇੱਕ ਵਿਅਕਤੀ ਜੋ ਬਿਜ਼ਨਸ ਇਹ ਕਰਨੇ ਕਰਨੇ ਆਪਣੀ ਮਾਤਰ ਭਾਸ਼ਾ ਸੇ ਵੀ ਕੰਮ ਕਰਾਦਾ ਹੈ ਲੇਖਕ ਵੀ ਹੈ ਔਰ ਗਾਇਕ ਵੀ ਹੈ ਤੇ ਕਿਹ ਕਿਧਰ ਦੁਕਾਨ ਦਾ ਕਲੈਕਸ਼ਨ ਮੇਰੀ ਮੈਡਮ ਜੀ ਦੁਕਾਨ ਹੈ ਜੀਡੀਆ ਕੰਪਲੈਕਸ ਸੁਪਰ ਬਾਜ਼ਾਰ ਜੀ ਤਸ ਸਿੰਦਰਵਿੰਦਿਆ ਵਾਲੇ ਦਾ ਨਾਂ ਤੋਂ ਮਸ਼ਹੂਰ ਹੈ ਤੁਸੀਂ ਕੋਦੇ ਹੀ ਪੁੱਛ ਲਾਗੇ ਇਸ ਜੂਟੀ ਚ ਜੀ ਇਸ ਜੂਟੀ ਲੇਜ਼ ਲਦਾਖ ਕਿਆ ਬਸੋਲੀ ਕਿਆ ਕੋਦੇ ਹੀ ਪੁੱਛ ਕੇ ਸਿੰਦਰਵਿੰਦਿਆ ਵਾਲਾ ਕੋਣਾ ਸਾਰੇ ਤੁਸੀਂ ਦੱਸਣਗੇ ਸੁਲਿੰਦਰਵਿੰਦੀ ਵਾਲਾ ਕੌਣ ਹੈ ਚੱਲੀ ਸਰ ਅਸਤ ਹੁੰਦਾ ਵੀ ਸ਼ੁਕਰੀਆ ਕਰਨੇ ਕਿਉਂਕਿ ਪਹਿਲੀ ਵਾਰੀ ਆ ਜਸੇ ਇਸ ਚੈਨਲ ਨੇ ਮਾਦ ਦੇ ਕਰਨ ਪਹਿਲੀ ਵਲੀ ਡੋਗਰੀ ਚ ਇੰਟਰਵਿਊ ਕੀਤਾ ਬੇਸ਼ੱਕ ਡਰੀ ਡਰੀ ਕੀਤਾ ਥੋੜੀ ਗਲਤੀਆਂ ਵੀ ਵਿੱਚ ਹੋਈਆਂ ਥੋੜੀ ਕਿ ਬੜੀ ਗਲਤੀਆਂ ਆਂ ਗਿਆ ਤੇ ਆਈ ਹੋਪ ਕਿ ਮੇਰੀ ਜਨਤਾ ਜਿਹੜੀ ਮੇਰੀ ਦਿਖਾਦੀ ਹੈ ਉਹ ਜ਼ਰੂਰ ਅਸੇ ਮਾਫ ਕਰੇਗੀ ਕਿਉਂਕਿ ਕਹਤੇ ਕਹਿੰਦੇ ਆ ਨਾ ਕਿ ਕੋਸ਼ਿਸ਼ ਕਰਨੇ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਉਹੀ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅਸ ਦੂਸਰੇ ਨਾਲ ਇੰਟਰਵਿਊ ਕਰਨਾ ਦੂਸਰੇ ਕੀ ਅਸੇ ਸੁਝਾਅ ਦੇਣਾ ਕਿ ਡੋਗਰੀ ਮਾਤਰ ਭਾਸ਼ਾ ਹੈ ਇਸੀ ਬ ਛੋਟੀ ਜੀ ਕੋਸ਼ਿਸ਼ ਛੋਟਾ ਜਿਹਾ ਪ੍ਰਯਾਸ ਹੈ ਤੇ ਅਸੀਂ ਆਪਣੀ ਜਨਤਾ ਕਨੇ ਵੀ ਨਿਵੇਦਨ ਕਰ ਗਏ ਕਿ ਡੁੱਗਰ ਪ੍ਰਦੇਸ਼ ਜੇ ਸਾਡੀ ਡੋਗਰੀ ਹੈ ਉਸੇ ਤੁਸੀਂ ਵੀ ਪ੍ਰਮੋਟ ਕਰੋ ਜੀ ਸਰ ਕੀ ਆਖ ਰਹਾ ਮੈਂ ਤਾਂ ਸਾਰਿਆਂ ਹੱਥ ਜੋੜੀਏ ਇਹ ਆਖੰ ਕਿ ਜੇ ਅਗਰ ਤੁਸੀਂ ਮੇਰਾ ਗਾਇਕ ਦਾ ਮੇਰਾ ਲਿਖੇ ਦਾ ਤੁਸੀਂ ਦਿਲਈ ਸ਼ਾਇਰ ਲੱਗਦਾ ਤੇ ਫੇਸਬੁਕ ਉਰ ਮੇਰਾ ਚੈਨਲ ਹੈ ਸੁਰਿੰਦਰ ਬਿੰਦੀ ਆਲਾ ਡਬਲ ਏ ਆਲਾ ਤੇ ਤੁਸੀਂ ਦੇਖਿਓ ਜੋ ਵੀ ਟੁਟਿਆ ਪਜਾ ਗਾਇਦਾ ਜੋ ਆਪਣੇ ਦਿਮਾਗਾਂ ਦੀ ਸੋਚਾਂ ਕਰਨੇ ਜੋ ਇਰਦਾ ਜਿਹੜਾ ਆਗਦਾ ਭਾਵ ਸਾਹਮਣੇ ਭਾਵ ਜਿਹੜੇ ਉਹ ਮੈਂ ਤੁਹੰਦੇ ਸਾਹਮਣੇ ਰੱਖੇ ਦਨ ਤੇ ਦੋ ਹੀ ਸ਼ਾਇਰ ਲਗਦਾ ਤੇ ਜੂਰ ਉਸੇ ਦਿਖਿਓ ਤੇ ਸੁਨਿਓ ਤੇ ਕਮੈਂਟ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬਾਕੀ ਮੈਂ ਵੀ ਐਸੀ ਕੋਈ ਗੱਲ ਨਹੀਂ ਕੋਸ਼ਿਸ਼ ਆਦ ਨਾ ਡਿੱਗੀ ਡੇਗੀ ਕੇ ਬਟਾ ਗੋਲ ਹੁੰਦਾ ਇਸ ਕਰੀਏ ਤੁਸ ਵੀ ਬੋਲਾ ਦੇ ਡੋਗਰੀ ਬੋਲਦੇ ਕਈ ਲੱਭੇ ਵਿੱਚ ਆਈ ਜਾਂਦੇ ਕਿਉਂਕਿ ਸ਼ਹਿਰੇ ਚ ਬਦੀਰਾ ਖਰਾਬ ਹੋਈਦਾ ਹੁਣ ਇਸ ਕਰੀਏ ਸਾਰੇ ਕੋਸ਼ਿਸ਼ ਕਰਨੇ ਮਿਲ ਜੀਏ ਇਸ ਕਰੀਏ ਸਾਰੇ ਹੀ RAM RAM ਤੇ ਨਮਸਤੇ ਧੰਨਵਾਦ ਸਰ ਸਾਡੇ ਕੰਨੇ ਜੁੜਨੇ ਆ ਸਦਿਖੋ ਇਹ ਤੇ ਸਾਡੇ ਕੰਨੇ ਜਿੰਦੀ ਮਲਾਟੀ ਕਰਾਈ ਆ ਤੁਸੀਂ ਸ੍ਰੀਨਿੰਦਰ ਬਿੰਦੀ ਵਾਲਾ ਜੋ ਕਿ ਲੇਖਕ ਵੀ ਹਨ ਤੇ ਗਾਇਕ ਵੀ ਹਨ ਉਹ ਵੀ ਡੋਗਰੀ ਵਿੱਚ ਅਸੀਂ ਵੀ ਅੱਜ ਕੋਸ਼ਿਸ਼ ਕੀਤੀ ਇਹਦੇ ਕੰਨੇ ਛੋਟੀ ਜੀ ਕੋਸ਼ਿਸ਼ ਕੀਤੀ ਪ੍ਰਯਾਸ ਕੀਤਾ ਕਿ ਅਸੀਂ ਵੀ ਡੋਗਰੀ ਦੀ ਸ਼ੁਰੂਆਤ ਕਰੀਏ ਚੱਲੀਏ ਅਗੇ ਉਮੀਦ ਕਰਨੇ ਆ ਸਾਡੀ ਜਨਤਾ ਕੀ ਜ਼ਰੂਰ ਪਸੰਦ ਆਈ ਹੋਗੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਜੁੜੇ ਰਹੋ ਸਾਡੇ ਨਾਲ ਕੰਨੇ ਅਗਲੇ ਅਪਡੇਟਾਂ ਵਾਸਤੇ ਜੈ ਹਿੰਦ ਜੈ ਭਰ